ਤੁਸੀਂ ਦੱਸ ਰਹੇ ਸੀਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਰਿਕਾਰਡ ਵੀ ਜਿੱਥੇ ਜਿੱਥੇ ਵੀ ਰਿਹਾ ਉਹਨੇ ਕਿਸ ਤਰੀਕੇ ਨਾਲ ਕੰਮ ਕੀਤਾ। ਗੱਲ ਮੈਂ ਕਰਦਾ ਸੀ ਵੀ ਇਹ ਕਮਿਸ਼ਨਰ ਸੀ ਲੁਧਿਆਣੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਇੱਕ ਦਿਨ ਇਹਨਾਂ ਨੇ ਮੁੰਡਿਆਂ ਨੂੰ ਚੱਕਣਾ ਸ਼ੁਰੂ ਕਰਤਾ ਸਿੱਖ ਨੌਜਵਾਨ ਲਿਆ ਲਿਆ ਕੇ ਸਿੱਖ ਨੌਜਵਾਨ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਕਿਸੇ ਨੇ ਕੋਈ ਮੀਡੀਆ 'ਚ ਖਬਰ ਨਹੀਂ ਆਈ ਕੋਈ ਰੌਲਾ ਨਹੀਂ ਵੀ ਕਦੋਕਾ ਪਿਆ ਜੀ ਉਹਨਾਂ ਨੂੰ ਬੁਲਾ ਚੱਕ ਚੱਕ ਕੇ ਉੱਥੇ ਛੱਦਰ ਢਾਉਣਾ ਸ਼ੁਰੂ ਕੀਤਾ ਜੀ। ਬਹੁਤ ਵੱਡਾ ਲੀਡਰ ਆ ਸਾਡੇ ਸਤਿਕਾਰਯੋਗ ਨੇ ਬਹੁਤ ਜ਼ਿਆਦਾ ਅਸੀਂ ਸਤਿਕਾਰ ਕਰਦੇ ਹਾਂ ਸਾਡੀ ਖਾਲਸ ਲਹਿਰ ਦੇ ਥੰਮ ਰਹੇ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ 6 ਘੰਟੇ ਜਲੀਲ ਕੀਤਾ ਬੁਲਾ ਕੇ ਇੱਕ ਬੰਦੇ ਦੇ ਇੱਕ ਨੌਜਵਾਨ ਦੇ ਇੰਨਾ ਕਰੰਟ ਲਾਇਆ ਗੁਪਤ ਅੰਗਾ ਅਤੇ ਹੋਰ ਕਿ ਉਹ ਦੇਖਣ ਇੰਨੀ ਦੇਖ ਤਕਲੀਫ ਦੇਖਿਆ ਨਹੀਂ ਸੀ ਮੈਂ ਜਾ ਕੇ ਉੱਥੇ ਗੱਲ ਕੀਤੀ ਕਿ ਇਹ ਉਹਦਾ ਐਟੀਟਿਊਡ ਦੇਖਣ ਵਾਲਾ ਸੀ ਇਸ ਬਹੁਤ ਵੱਡੇ ਜਿਹੜਾ ਤੁਸੀਂ ਪੰਥਕ ਬਣਾ ਲਿਆ ਹੁਣ ਪੰਥਕ ਜਥੇਦਾਰ ਕਹਿ ਲਓ ਇਹਨੂੰ ਹੁਣ ਇਹ ਕੁਰਸੀ 'ਤੇ ਬੈਠਾ ਸੀ ਇਹ ਸਟਾਫ ਇਹਦੀ ਸਿੰਘ ਵਾਲੀ ਇੱਦਾਂ ਟੇਢਾ ਕਰਕੇ ਆਏ ਲੱਤਾਂ ਇਹਦੇ ਸਾਹਮਣੇ ਰੱਖੀਆਂ ਕੁਰਸੀ ਐਂ ਬੈਠਾ ਟੇਢਾ ਦੇਖੀ ਉਹ ਜਿਹੜੇ ਬੰਦੇ ਬੇਅਦਬੀ ਦੇ ਕਿਸੇ ਪਾਰਟੀਆਂ ਸਿਸਟਮ 'ਚ ਅਸੀਂ ਮੰਨਦੇ ਹਾਂ ਉਹ ਲੋਕਾਂ ਨੂੰ ਇਹਨੇ ਬੇਤਹਾਸ਼ਾ 26 ਬੰਦਿਆਂ ਨੂੰ ਲਾਇਸੈਂਸ ਜਾਰੀ ਕੀਤੀ ਬਈ ਇਹਨੇ ਮਾਲ ਮੰਡੀ ਅੰਮ੍ਰਿਤਸਰ ਕੱਢ ਲਓ ਰਿਕਾਰਡ ਫਿਰ ਇਹਨੇ ਕਿਵੇਂ ਨੰਗੇ ਕਰ ਕਰਕੇ ਸਿੱਖ ਨੌਜਵਾਨ ਜਾਂਦਾ ਅਤੇ ਇਹ ਇੱਕ ਗੱਲ 'ਤੇ ਚੰਗਾ ਹੋ ਗਿਆ ਵੀ ਸਾਡੀ ਸਾਡੀ ਜਿਹੜੀ ਜਾਂਚ ਆ ਜਾਂ ਸਾਡੀ ਆਸ ਸੀ ਜੋ ਸਿੱਖ ਕਾਦਰ ਸਾਹਮਣੇ ਆਉਣ 'ਚ ਖੂਹ ਖਾਤੇ ਸਿਰਦੀ ਜੇ ਕੋਈ ਸਿੱਖ ਸੱਚਮੁੱਚ ਦੇਸ਼ ਦੀ ਅਖੰਡਤਾ ਨੂੰ ਤੋੜਨਾ ਚਾਹੁੰਦਾ ਹੈਗਾ ਆ ਤਦ ਵੀ ਕੀ ਉਹਨੂੰ ਥਾਣਿਆਂ ਵਿੱਚ ਇੱਦਾਂ ਤਸ਼ੱਦਦ ਕੀਤਾ ਜਾ ਸਕਦਾ ਉਹਨਾਂ ਦੇ ਉੱਪਰ ਉਹਨਾਂ ਨੂੰ ਨਜਾਇਜ਼ 3-3 ਦਿਨ ਹਿਰਾਸਤਾਂ ਵਿੱਚ ਰੱਖਿਆ ਜਾ ਸਕਦਾ ਵੀ 4th ਦਿਨ ਪੇਸ਼ ਕਰ ਦਾਂਗੇ ਕੋਈ ਗੱਲ ਨਹੀਂ ਹੈਗੀ ਉਦੋਂ ਇਹਦਾ ਜੋ ਹੁਣ ਬਿਆਨ ਹੈ ਉਦੋਂ ਇਹਨਾਂ ਨੂੰ ਕੌਣ ਰੁਕਦਾ ਸੀ ਇਹ ਉਦੋਂ ਕਹਿੰਦਾ ਅਖਬਾਰਾਂ 'ਚ ਬਿਆਨ ਦੇ ਕੇ ਵੀ ਦੇਖੋ ਇਹ ਭਾਰਤੀ ਅਦਾਲਤਾਂ ਜਿਹੜੀਆਂ ਕਾਨੂੰਨ ਇਨਸਾਫ਼ ਨਹੀਂ ਕਰਦੀਆਂ ਇਹ ਕਹੇ ਨਾ ਅਤੇ ਕਹੇ ਨਾ ਜਿੰਨੇ ਇਹਨੇ ਕੇਸਾਂ 'ਚ ਅੰਦਰ ਬੰਦ ਕੀਤੇ ਨੇ ਜਿਹੜੇ ਬੇਦੋਸ਼ੇ ਬੰਦ ਸਿੱਧਤ ਕੀਤੇ ਨੇ ਉਹਦੇ ਬਾਰੇ ਬੋਲੇ ਵੀ ਭਾਰਤੀ ਅਦਾਲਤਾਂ ਨੇ ਜੀ ਉਹਨਾਂ ਨੂੰ ਬੇਵਜ੍ਹਾ ਸਜ਼ਾ ਕੀਤੀ ਹੈ ਮੈਂ ਝੂਠੇ ਕੇਸ ਬਣਾ ਕੇ ਦਿੱਤੇ ਉਹ ਮੰਨ ਗਏ ਇਹਨੇ ਛੜਿਆਮ ਕਿਹਾ ਕਿਸੇ ਸਾਡੇ ਸੱਜਣਾਂ ਕੋਲ ਔਰ ਥੋੜ੍ਹੇ ਦਿਨਾਂ 'ਚੋਂ ਗੱਲ ਬਾਹਰ ਆ ਜਾਵੇ ਬਾਈ ਮੈਂ ਫੋਟੋ ਸਮੇਤ ਤੋਂ ਗੱਲ ਕਰੂੰਗਾ ਬੰਦੇ ਉਹਨਾਂ ਦੇ ਨਾਲ ਪਰਸੋਂ ਚੌਥੀ ਜੇ ਗੱਲ ਹੋਈ ਆ ਇਹ ਸਾਹਮਣੇ ਕਿਹਾ ਇਹਨੇ ਜਦੋਂ ਉਹਨਾਂ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਜੀ ਤੁਸੀਂ ਹੁਣ ਸਰਦੇ ਤੁਹਾਡਾ ਬੜਾ ਕੰਮ ਵਧੀਆ ਵੀ ਸਾਡੇ ਸਿੱਖਾਂ ਨਾਲ ਤਾਂ ਬਹੁਤ ਧੱਕਾ ਆਉਂਦਾ ਇਹਨੇ ਉਹਦਾ ਪ੍ਰਤੱਖ ਦੇ ਕੇ ਕਿਹਾ ਉੱਥੇ ਹੀ ਘਰੇ ਦੇ ਇਹਦੇ ਘਰ ਦੀ ਗੱਲ ਇਹ ਬੰਦਾ ਬਹੁਤ ਕੱਟੜਬਾਜ਼ੀ ਆ ਬਹੁਤ ਚਾਲ ਜੀ ਚਾਲਬਾਜ਼ ਬੰਦਾ ਜਿਹੜਾ ਮੇਨ ਗੋਲੀ ਮਾਰਨ ਵਾਲਾ ਪ੍ਰਦੀਪ ਉਹਨੂੰ ਤਾਂ ਇਹਨੇ ਸਰਕਾਰੀ ਗਵਾਹ ਬਣਾ ਲਿਆ ਜੀ ਇਹਨੇ ਉਹਨੂੰ ਸਰਕਾਰੀ ਗਵਾਹ ਬਣਾਇਆ ਤੇ ਉਹ ਕੱਲ ਨੂੰ ਉਹ ਵੀ ਬਾਹਰ ਆ ਜਾਊਗਾ ਕਹੂਗਾ ਮੈਂ ਤਾਂ ਕੌਮ ਦੇ ਹੱਕ ਸਰਕਾਰੀ ਗਵਾਹ ਤੇ ਫਿਰ ਉਹਨੂੰ ਵੀ ਮੈਡਲ ਲੈ ਲਿਓ ਫਿਰ ਉਹਨੇ ਗੋਲੀਆਂ ਮਾਰੀਆਂ ਨੇ ਗੱਲ ਮੈਂ ਕਰਦਾ ਸੀ ਵੀ ਇਹ ਕਮਿਸ਼ਨਰ ਸੀ ਲੁਧਿਆਣੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਇਹ ਕਹਿੰਦੇ ਨੇ ਜੀ ਤੇ ਮੈਂ ਹੁਣ ਨਾਂ ਨਹੀਂ ਲੈਣਾ ਉਹਨਾਂ ਵੀਰਾਂ ਦਾ ਕਿਉਂਕਿ ਪੁਲਿਸ ਦਾ ਸਿਸਟਮ ਹੈ ਬਾਅਦ ਚੋਂ ਤੰਗ ਕਰਨਗੇ ਵੀ ਇਹ ਗੱਲਾਂ ਕਿਉਂ ਹੋਈਆਂ ਜੀ ਤੇ ਇੱਥੇ ਮੁੰਡਿਆਂ ਨੂੰ ਆਲੇ ਦੁਆਲੇ ਇਹਨਾਂ ਨੇ ਮੁੰਡਿਆਂ ਨੂੰ ਚੱਕਣਾ ਸ਼ੁਰੂ ਕਰਤਾ ਸਿੱਖ ਨੌਜਵਾਨਾਂ ਨੂੰ ਜੀ CI ਸਟਾਫ ਬਹਿੰਦਾ ਇਹ ਪੁਲਿਸ ਲੁਧਿਆਣੇ ਦੀ ਤਾਂ ਜਿਹਦਾ ਨਾਂ ਕੱਢਿਆ ਉਹ ਵੀ ਇੱਥੇ ਸੀ ਜੀ SP ਇਹਨਾਂ ਨੇ ਲਿਆ ਲਿਆ ਕੇ ਸਿੱਖ ਨੌਜਵਾਨ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਕਿਸੇ ਨੇ ਕੋਈ ਮੀਡੀਆ 'ਚ ਖਬਰ ਨਹੀਂ ਆਈ ਕੋਈ ਰੌਲਾ ਨਹੀਂ ਵੀ ਕਦੋਕਾ ਪਿਆ ਜੀ ਉਹਨਾਂ ਨੂੰ ਬੁਲਾ ਚੱਕ ਚੱਕ ਕੇ ਉੱਥੇ ਛੱਦਰ ਢਾਉਣਾ ਸ਼ੁਰੂ ਕੀਤਾ ਜੀ ਈਵਨ ਕਿ ਤੁਸੀਂ ਮੰਨ ਸਕਦੇ ਹੋ ਕਿ ਬਹੁਤ ਵੱਡਾ ਲੀਡਰ ਆ ਸਾਡੇ ਸਤਿਕਾਰਯੋਗ ਨੇ ਬਹੁਤ ਜ਼ਿਆਦਾ ਅਸੀਂ ਸਤਿਕਾਰ ਕਰਦੇ ਹਾਂ ਸਾਡੀ ਖਾਲਸਾ ਲਹਿਰ ਦੇ ਥੰਮ ਰਹੇ ਨੇ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ 6 ਘੰਟੇ ਜਲੀਲ ਕੀਤਾ ਬਿਠਾ ਕੇ ਨਾਮ ਜੇ ਲੈਣਾ ਚਾਹੋਗੇ ਤਾਂ ਲੈ ਦਿਓ ਮੈਂ ਨਾਂ ਨਹੀਂ ਲੈਣਾ ਉਹਨਾਂ ਸਮੇਂ ਦੇ ਵਿੱਚ ਇੱਕ ਦਲਜੀਤ ਸਿੰਘ ਬਿੱਟੂ ਵੀ ਸੀਗੇ ਚਲੋ ਤੁਸੀਂ ਕਰ ਲਓ ਮੈਂ ਚਲੋ ਕਹਿ ਸਕਦੇ ਹਾਂ ਤੁਸੀਂ ਜੀ 6 ਘੰਟੇ ਇਹਨਾਂ ਨੇ ਜਲੀਲ ਕੀਤਾ ਹੋਰ ਸਿੱਖ ਨੌਜਵਾਨ ਇਹਨਾਂ ਨੇ ਜਲੀਲ ਕੀਤਾ ਜੀ ਜਲੀਲ ਕੀਤੇ ਮੈਂ ਗਿਆ ਮੈਂ ਗੱਲ ਕੀਤੀ ਉਸ ਟਾਈਮ ਜਾ ਕੇ ਮੈਂ ਕਿਹਾ ਜੀ ਤੁਸੀਂ ਇਹ ਕਿਉਂ ਸਿੱਖ ਨੌਜਵਾਨਾਂ ਨੂੰ ਇਸ ਰਾਹ ਤੋਰਨ ਦੇ ਪਏ ਹੋ ਤੁਹਾਨੂੰ ਕੀ
ਹੈਗਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਇਹ ਸਿੱਖਾਂ ਨੇ ਪਾਦਰੀ ਮਾਰਿਆ ਹੈ RSS ਦਾ ਬੰਦਾ ਮਾਰਿਆ ਕੋਈ ਹੈ ਕੋਈ ਐਸਾ ਸਬੂਤ ਜੀ ਸਿੱਖ ਨੌਜਵਾਨ ਹਰ ਵਕਤ ਤੁਹਾਡੇ ਟਾਰਗੇਟ 'ਤੇ ਰਹਿੰਦੇ ਆ ਕੀ ਹਾਲਾਂਕਿ ਉਹ ਜਿਹੜੀ ਉਹਦੇ 'ਚੋਂ ਕਈ ਕਿੱਲੀਆਂ ਜਿਹੜੀਆਂ ਉਹ ਸਾਬਤ ਹੋਈਆਂ ਵੀ ਉਹਨਾਂ ਦੀ ਆਪਸੀ ਸ਼ਿਵ ਸੈਨਾ ਦੇ ਆਪਸੀ ਗੋਲੀ ਚੱਲੀ ਜੀ ਤੇ ਇਹਨਾਂ ਨੇ ਕੁੱਟ ਕੁੱਟ ਕੇ ਸਾਡੇ ਸਿੱਖ ਨੌਜਵਾਨਾਂ ਦਾ CA ਸਟਾਫ 'ਚ ਬੁਰਾ ਹਾਲ ਕੀਤਾ ਇੱਕ ਬੰਦੇ ਦੇ ਇੱਕ ਨੌਜਵਾਨ ਦੇ ਇੰਨਾ ਕਰੰਟ ਲਾਇਆ ਗੁਪਤ ਅੰਗਾਂ 'ਤੇ ਹੋਰ ਕਿ ਉਹ ਦੇਖਣ ਇੰਨੀ ਦੇਖ ਤਕਲੀਫ ਦੇਖਿਆ ਨਹੀਂ ਸੀ ਜਾਂਦਾ ਅਤੇ ਇਹ ਬੰਦਾ ਉੱਥੇ ਬੈਠ ਕੇ ਜਦੋਂ ਮੈਂ ਇੱਕ ਹੋਰ ਆਗੂ ਦੇ ਨਾਲ ਗਿਆ ਉਹਨੂੰ ਲੈਣ ਵਾਸਤੇ ਉਹਨੂੰ ਸੱਦਿਆ ਸੀ ਇਹਨੇ ਮੈਂ ਗਿਆ ਅਤੇ ਮੈਂ ਜਾ ਕੇ ਉੱਥੇ ਗੱਲ ਕੀਤੀ ਅਤੇ ਇਹ ਉਹਦਾ ਐਟੀਟਿਊਡ ਦੇਖਣ ਵਾਲਾ ਸੀ ਇਸ ਬਹੁਤ ਵੱਡੇ ਜਿਹੜਾ ਤੁਸੀਂ ਪੰਥਕ ਬਣਾ ਲਿਆ ਹੁਣ ਪੰਥਕ ਜਥੇਦਾਰ ਕਹਿ ਲਓ ਇਹਨੂੰ ਹੁਣ ਇਹ ਕੁਰਸੀ 'ਤੇ ਬੈਠਾ ਸੀ ਇਹ ਸਟਾਫ ਇਹਦੀ ਸਿੰਘ ਮਾਲੀ ਏਦਾਂ ਟੇਢਾ ਕਰਕੇ ਆਏ ਲੱਤਾਂ ਇਹਦੇ ਸਾਹਮਣੇ ਰੱਖੀਆਂ ਕੁਰਸੀ 'ਤੇ ਐਂ ਬੈਠਾ ਟੇਢਾ ਦੇਖੇ ਇੰਨੀ ਮੈਂ ਕਿਹਾ ਅਸੀਂ ਤਾਂ ਪੁਲਿਸ ਵਾਲਿਆਂ ਨੂੰ ਜਿਹੜੇ ਇਸੇ ਪੁਲਿਸ ਵਾਲੇ ਨੇ ਮੈਂ ਉਹਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ ਚਾਹੇ ਉਹ ਆਲਮ ਹੈ ਚਾਹੇ ਉਹ ਬਿਰਕ ਹੈ ਚਾਹੇ ਉਹ KPS ਗਿੱਲ ਹੈ ਚਾਹੇ ਸੈਣੀ ਬੁੱਚੜ ਹੈ ਇਹ ਸਾਰੇ ਬੁੱਚੜ ਹੋਰ ਆ ਬਥੇਰੇ ਬੁੱਚੜ ਭਾਈ ਕੌਂਕੇ ਵਰਗਿਆਂ ਨੂੰ ਸ਼ੀਰ ਕਰਕੇ ਅਤੇ ਇੱਕ ਬੁੱਚੜ ਹੋਣਾ ਤੁਸੀਂ ਸਨਮਾਨ ਕਰਦੇ ਹੋ ਜੀ ਜੀ ਸਦਕੇ ਕਰੋ ਤੁਸੀਂ ਆਪਣੇ ਡੇਰੇ 'ਤੇ ਕਰੋ ਜੇ ਤੁਹਾਡੀ ਦੋਸਤੀ ਆ ਉਹਦਾ ਕੋਈ ਇਹਨੇ ਭਲਾ ਕੀਤਾ ਗੱਲ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਪੰਥ ਦੇ ਨਾਂ 'ਤੇ ਸਨਮਾਨ ਕਰਨਾ ਅਸੀਂ ਉਸ ਜ਼ਾਲਮ ਦਾ ਜਿਹੜਾ ਸਾਡਾ ਭਾਈ ਵੀ ਹੋਵੇ ਅਸੀਂ ਜ਼ਰੂਰ ਵਿਰੋਧ ਕਰਾਂਗੇ ਪਰ ਮੈਂ ਗੱਲ ਵਿੱਚ ਤੁਹਾਨੂੰ ਸੁਣਾਉਂਦਾ ਉੱਥੇ ਇਹ ਬੈਠਾ ਇਹਦਾ ਐਟੀਚਿਊਡ ਦੇਖਣ ਵਾਲਾ ਸੀ ਟੇਢੀ ਟੇਢੀ ਅੱਖ ਨਾਲ ਇੱਦਾਂ ਝੱਕ ਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਗੱਲਾਂ ਤੁਸੀਂ ਇਹ ਕਰ ਸਕਦੇ ਹੋ ਮੈਂ ਕਿਹਾ ਜੀ ਇਹ ਸਾਰਾ ਲੁਧਿਆਣਾ ਜਾਣਦਾ ਪੰਜਾਬ ਜਾਣਦਾ ਕਿ ਇਹਨਾਂ ਦੀਆਂ ਆਪਸੀ ਦੁਸ਼ਮਣੀਆਂ ਅਤੇ ਦੂਜੀ ਗੱਲ ਹੈ ਇੱਕ ਦੂਜੇ ਦੇ ਇਹਨਾਂ ਦੇ ਚੱਲਦੇ ਨੇ ਆਪਸ ਵਿੱਚ ਪੈਸੇ ਦੇ ਲੈਣ ਦੇਣ ਚੱਲਦੇ ਨੇ ਅਤੇ ਇੱਕ ਦੂਜੇ ਦੀ ਕਿਉਂ ਨਹੀਂ ਮਾਰ ਸਕਦੇ ਕਿ ਸਾਡੇ ਸਿੱਖ ਨੌਜਵਾਨਾਂ 'ਤੇ ਹਰਦਾ ਪੁਲਿਸ ਘਰੋਂ ਚੱਕਣ ਕੀ ਪੈਂਦੇ ਕੁੱਤਾ ਹੀ ਮਰ ਜਾਂਦਾ ਕਿਸੇ ਦਾ ਹੋਰ ਕੌਮ ਦਾ ਅਤੇ ਸਾਡੇ ਸਿੱਖ ਨੌਜਵਾਨ ਨਿਸ਼ਾਨੇ 'ਤੇ ਆ ਜਾਂਦੇ ਅਸੀਂ ਕੁੱਟ ਇਹ ਫਿਰ ਜਿਹੜਾ ਕੁੱਟਦੇ ਹੋ ਕੁੱਟ ਕੇ ਤੁਸੀਂ ਕਹਿ ਦਿੰਦੇ ਆ ਛੱਡਦੇ ਆ ਜਾਓ ਲੈ ਜਾਓ ਜੀ ਅਤੇ ਉਹ ਕੁੱਟ ਖਾ ਕੇ ਬੰਦਾ ਵਿਚਾਰਾ ਹਸਪਤਾਲ 'ਚ ਬੈਠਾ ਤਸ਼ੱਦਦ ਢਹਿ ਕੇ ਅਤੇ ਤੁਸੀਂ ਉਹਦਾ ਨੰਬਰ 'ਤੇ ਉਹਦਾ ਰੱਖ ਲੈਂਦੇ ਹੋ ਸਾਰੇ ਲਿਖਾ ਵੀ ਲੈਂਦੇ ਹੋ ਅਤੇ ਉਹ ਜਾ ਕੇ ਵਿਚਾਰਾ ਦੱਸਣ ਜੋਗਾ ਵੀ ਨਹੀਂ ਕਿਸੇ ਅਤੇ ਤੁਹਾਨੂੰ ਕੀ ਕਿਹੜਾ ਸ਼ਿਕਾਇਤ ਕਰੇ ਇਹ ਤਾਂ ਹਾਲ ਹੈ ਅਤੇ ਇਹਨੇ ਇੱਥੇ ਨਹੀਂ ਇਹਨੇ ਇਹਦੀਆਂ ਕਰਤੂਤਾਂ ਸੁਣ ਲਓ ਜਿਹੜੀਆਂ ਸਾਡੇ ਹੋਰ ਬੰਦੇ ਕਰਦੇ ਇਹ ਫਿਰ ਇੱਥੇ ਮੋਗੇ 'ਤੇ ਇੱਧਰ ਰਿਹਾ ਫਿਰ SSP ਜੀ ਇਹਨੇ ਇੱਕ ਐਸਾ ਸਿਸਟਮ ਖੇਡਿਆ ਇਹ ਸਿਆਸੀ ਬੰਦੇ ਨੇ ਕਿ ਉਹ ਜਿਹੜੇ ਬੰਦੇ ਬੇਅਦਬੀ ਦੇ ਕਿਸੇ ਪਾਰਟੀਆਂ ਸਿਸਟਮ 'ਚ ਅਸੀਂ ਮੰਨਦੇ ਹਾਂ ਉਹ ਲੋਕਾਂ ਨੂੰ ਇਹਨੇ ਬੇਤਹਾਸ਼ਾ 26 ਬੰਦਿਆਂ ਨੂੰ ਲਾਇਸੈਂਸ ਜਾਰੀ ਕੀਤੇ ਅਸੀਂ ਮੰਗ ਕਰਾਂਗੇ ਆਉਣ ਦੋ ਸਮਾਂ ਅਸੀਂ ਮੰਗ ਕਰਾਂਗੇ ਜਿਹੜੇ ਇਹਨੇ ਆਰਮ ਲਾਇਸੈਂਸ ਜਾਰੀ ਕੀਤੇ ਨੇ ਵੀ ਉਹ ਕਿਹਨਾਂ ਬੰਦਿਆਂ ਨੇ ਕੀਤੇ ਨੇ ਕਿਉਂ ਕੀਤੇ ਨੇ ਅਸੀਂ ਕਰਾਂਗੇ ਇਹ ਗੱਲ ਅਤੇ ਦੂਜੀ ਗੱਲ ਇਹ ਹੈ ਬਈ ਇਹਨੇ ਮਾਲ ਮੰਡੀ ਅੰਮ੍ਰਿਤਸਰ ਕੱਢ ਲਓ ਰਿਕਾਰਡ ਫਿਰ ਇਹਨੇ ਕਿਵੇਂ ਨੰਗੇ ਕਰ ਕਰਕੇ ਸਿੱਖ ਨੌਜਵਾਨ ਧੀਆਂ ਦਾ ਇਹਨੇ ਅਤੇ ਇਹ ਇੱਕ ਗੱਲ 'ਤੇ ਚੰਗਾ ਹੋ ਗਿਆ ਵੀ ਸਾਡੀ ਜਿਹੜੀ ਜਾਂਚ ਆ ਜਾਂ ਸਾਡੀ ਆਸ ਸੀ ਸਿੱਖ ਕਾਦਰ ਸਾਹਮਣੇ ਲਿਆਉਣ 'ਚ ਖੂਹ ਖਾਤੇ ਸਿੜਤੀ ਅਤੇ ਇਹ ਰੌਲਾ ਪਾ ਦਿੱਤਾ ਇਹ ਇੱਕ ਤਾਂ ਇਕੱਲਾ ਸੀ ਇਹ ਵਕੀਲ ਹੈ ਖੁਦ ਐਡਵੋਕੇਟ ਜਨਰਲਾਂ ਦੀ ਟੀਮ ਹੈ ਅਤੇ ਸਭ ਤੋਂ ਵੱਡਾ 10 ਵਕੀਲਾਂ 'ਚ ਬੰਦਾ ਗਿਣਿਆ ਜਾਂਦਾ ਜਿਹੜਾ ਲੁਥਰਾ ਇਸ ਕੇਸ ਨੂੰ ਪਾਇਰਬਾਈ ਦਿੱਲੀ ਤੋਂ ਆਇਆ ਸੀ ਜੀ ਜੀ ਉਹਦਾ ਖਰਚਾ ਇਹਨੇ ਆਪ ਵੀਡੀਓ 'ਚ ਬੋਲਿਆ ਇਹ ਇਹ ਜੇ ਉਹ ਗਲਤ ਸੀ ਤੇ ਇਹ ਵੀ ਵਕੀਲ ਸੀ ਇਹ ਨਾਲ ਨਹੀਂ ਬੈਠਾ ਹੋਣਾ ਉਹਦੇ ਜਾਂ ਉਹਦੇ ਕੇਸ ਦੀ ਤਿਆਰੀ ਨਹੀਂ ਕੀਤੀ ਹੋਣੀ ਇੱਕ ਸਾਲਾ ਛੋਟਾ ਜਿਹਾ ਕੇਸ ਹੁੰਦਾ ਕਤਲ ਦਾ ਉਹਨੂੰ ਸਾਰੇ ਪੁਲਿਸ ਵਾਲੇ ਬੈਠ ਕੇ ਉਹਦੀ ਜਿਹੜਾ ਹੁੰਦਾ ਸਰਕਾਰੀ ਵਕੀਲ ਉਹਦੇ ਨਾਲ ਸਲਾਹ ਕਰਦੇ ਆ ਇਹਦਾ ਪੂਰੀ ਕੌਮ ਦੀ ਆਸਥਾ ਸੀਗੀ ਇਸ ਕੇਸ 'ਤੇ ਇਹਨੇ ਇਹ ਕੋਈ ਵਕੀਲ ਸ਼ੇਰ ਜਗਲ ਜਾਂ ਜਿਹੜਾ ਵੀ ਜੱਜ ਸੀ ਉਹਨੇ ਉਹ ਕੋਈ ਸਾਡਾ ਚਹਿੱਤਾ ਨਹੀਂ ਸੀ ਵੀ ਸਾਡੀ ਕੌਮ ਨਾਲ ਉਹਨੂੰ ਬਹੁਤ ਦਰਦ ਸੀ ਅਤੇ ਉਹਨੇ ਇਹ ਕਰਤਾ ਜਾਂ ਸਾਡੀ ਕੌਮ ਦਾ ਦੁਸ਼ਮਣ ਸੀ ਅਤੇ ਅਸੀਂ ਹਾਈ ਕੋਰਟ ਨੂੰ ਇਹ ਗੱਲਾਂ ਕਹਿੰਦੇ ਹਾਂ ਮੈਂ ਕੋਰਟਾਂ ਦੀ ਗੱਲ ਨਹੀਂ ਕਰਦਾ ਅਤੇ ਮੈਂ ਜਿਹੜੇ ਕੋਰਟਾਂ ਦੇ ਵੀ ਸਵਾਲ ਚੁੱਕਦੇ ਉਹਨਾਂ ਨੂੰ ਵੀ ਪਤਾ ਮੈਂ ਪੁੱਛਦਾ ਹਾਂ ਵੀ ਜਿਹੜੀਆਂ ਜ਼ਮਾਨਤਾਂ ਲਈ ਫਿਰਦੇ ਹੋ ਆਪਣੀ ਕਿਹੜਾ ਸਰਕਾਰ ਭੂਆ ਦੇ ਮੁੰਡੇ ਦੀ ਆ ਅਤੇ ਆਪਾਂ ਦੇ ਕਿਹੜੇ ਕੇਸ ਨਹੀਂ ਦਰਜ ਹੁੰਦੇ ਅਤੇ ਆਪਾਂ ਕਿੱਥੇ ਜਾਂਦੇ ਹਾਂ ਫਿਰ ਅਦਾਲਤਾਂ ਕੋਲ ਜਾਂ ਤਾਂ ਜਾ ਵੀ ਨਾ ਜਾਇਆ ਕਰੋ ਜੰਗ ਸਿੰਘ ਜੀ ਕਹੋ ਜਿਹੜੀ ਗੱਲ ਅਦਾਲਤਾਂ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਮੈਂ ਚਾਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਹੋਰ ਕੰਟੀਨਿਊ ਕਰ ਲਓ ਤੁਸੀਂ ਦੱਸ ਰਹੇ ਸੀਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਰਿਕਾਰਡ ਵੀ ਜਿੱਥੇ ਜਿੱਥੇ ਵੀ ਰਿਹਾ ਉਹਨੇ ਕਿਸ ਤਰੀਕੇ ਨਾਲ ਕੰਮ ਕੀਤਾ ਤੁਸੀਂ ਉਹ ਦੱਸ ਰਹੇ ਸੀਗੇ ਪਰ ਹੁਣ ਸਿੱਖ ਕੌਮ ਦਾ ਇੱਕ ਬੜਾ ਵੱਡਾ ਹਿੱਸਾ ਇਹ ਗੱਲ ਵੀ ਕਹਿੰਦਾ ਹੈਗਾ ਭਾਵੇਂ ਸਾਹਮਣੇ ਆ ਕੇ ਨਹੀਂ ਕਹਿੰਦਾ
उन्होंने ये लगता हैगा कि कुछ लोग इदां दे हैगे ने जिहड़े साडे देश दी साडे देश मैं टका टका के लफ्ज़ तां बोलिया वो कहिंदे कि साडे देश दी एकता अते अखंडता नूं तोड़न दे यतन करदे ने उन्हां लोकां नूं सिद्धे राह पाया होऊंगा कहिंदे ने कुंवर विजय प्रताप सिंह ने ते एक वो गल वा एक गल हैगी आ गुरु ग्रंथ साहिब जी दे जिहड़े दोषी हैगे ने भई एक वो गल हैगी आ सो वो गल आ कम कहिंदे ज़्यादा वधिया आ जिहड़ा उन्हें करन दा यतन कीता ਤਾਂ ਸਨਮਾਨਿਤ ਕੀਤਾ ਕਹਿੰਦੇ ਸੀ। ਅੱਛਾ ਚਲੋ ਜਿਹੜੀ ਦੇਸ਼ ਦੀ ਅਖੰਡਤਾ ਟੁੱਟਦੀ ਜਾਂਦੀ ਆ ਜੀ ਤੇ ਇਹ ਇਹ ਫਿਰ ਸੀਏ ਸਟਾਫ ਨੰਗੇ ਕਰ ਕਰਕੇ ਕਰੰਟ ਲਾਉਣ ਨਾਲ ਫਿਰ ਬਣ ਜਾਂਦੀ ਆ ਜੀ। ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਟੁੱਟਦੇ ਤੇ ਤੋੜਨ ਦਾ ਜ਼ਿੰਮੇਵਾਰ ਕੌਣ ਹੈ? ਕਦੇ ਸਿੱਖ ਨੇ ਅਖੰਡਤਾ ਤੋੜੀ ਦੇਸ਼ ਦੀ? ਸਿੱਖਾਂ ਦਾ ਤਾਂ ਤੁਸੀਂ ਗੁਰੂ ਦੀ ਜਿਹੜੀ ਬੇਅਦਬੀ ਆ ਉਹ ਵੀ ਰੋੜ ਕੇ ਰੱਖਤੀ ਆਪਣੀ ਸਿਆਸਤ। ਜਗਤ ਸਿੰਘ ਜੀ ਤੁਹਾਡਾ ਵਕੀਲਾਂ ਨਾਲ ਵਾਹ ਪਿਆ ਰਹਿੰਦਾ ਤੁਹਾਡਾ ਵਕੀਲਾਂ ਨਾਲ ਵਾਹ ਪਿਆ ਰਹਿੰਦਾ ਹੈਗਾ ਆ ਕਿਉਂਕਿ ਭਾਈ ਸਾਹਿਬ ਜੇਲ੍ਹ ਵਿੱਚ ਹੈਗੇ ਨੇ ਬਿਆਨ ਸਿੰਘ ਮਰਡਰ ਕੇਸ ਦੇ ਵਿੱਚ। ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਵੈਸੇ ਦਰਸ਼ਕ ਸਾਰੇ ਜਾਣਦੇ ਨੇ ਭਾਈ ਲਖਵਿੰਦਰ ਸਿੰਘ ਭਾਈ ਗੁਰਮੀਤ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਭਿਓਰਾ ਹੋਰ ਸਾਰੇ ਜਿਹੜੇ ਸਿੰਘ ਹੈਗੇ ਨੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਮਰਡਰ ਕੇਸ ਦੇ ਵਿੱਚ ਵੱਖ ਵੱਖ ਜੇਲ੍ਹਾਂ ਵਿੱਚ ਬੰਦੇ ਹੈਗੇ ਨੇ ਔਰ ਭਾਈ ਲਖਵਿੰਦਰ ਸਿੰਘ ਭਾਈ ਲਖਵਿੰਦਰ ਸਿੰਘ ਜੀ ਜੇਲ੍ਹ ਵਿੱਚ ਹੈਗੇ ਨੇ ਉਹਨਾਂ ਦੇ ਸਾਰੇ ਕੇਸ ਦੀ ਪੈਰਵਾਈ ਕਰਦੇ ਹੈਗੇ ਨੇ ਭਾਈ ਸਾਹਿਬ ਜੀ ਦੇ ਨਾਲ ਰਿਸ਼ਤੇਦਾਰੀ ਹੈ। ਸੋ ਭਾਈ ਸਾਹਿਬ ਜੀ ਤੁਹਾਡਾ ਵਕੀਲਾਂ ਦੇ ਨਾਲ ਵਾਹ ਪਿਆ ਹੀ ਰਹਿੰਦਾ ਹੈਗਾ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹੈਗਾ ਕਿ ਕੀ ਭਾਰਤੀ ਅਦਾਲਤਾਂ ਜਾਂ ਭਾਰਤੀ ਕਾਨੂੰਨ ਜਾਂ ਭਾਰਤੀ ਸੰਵਿਧਾਨ ਉਹ ਇਸ ਗੱਲ ਦੀ ਆਗਿਆ ਦਿੰਦਾ ਕਿ ਜੇ ਕੋਈ ਸੱਚਮੁੱਚ ਦੋਸ਼ੀ ਹੈ ਵੀ ਜੇ ਕੋਈ ਸਿੱਖ ਸੱਚਮੁੱਚ ਦੇਸ਼ ਦੀ ਅਖੰਡਤਾ ਨੂੰ ਤੋੜਨਾ ਚਾਹੁੰਦਾ ਹੈਗਾ ਆ ਤਦ ਵੀ ਕੀ ਉਹਨੂੰ ਥਾਣਿਆਂ ਵਿੱਚ ਇੱਦਾਂ ਤਸ਼ੱਦਦ ਕੀਤਾ ਜਾ ਸਕਦਾ ਉਹਨਾਂ ਦੇ ਉੱਪਰ? ਉਹਨਾਂ ਨੂੰ ਨਜਾਇਜ਼ ਤਿੰਨ ਤਿੰਨ ਦਿਨ ਹਿਰਾਸਤਾਂ ਵਿੱਚ ਰੱਖਿਆ ਜਾ ਸਕਦਾ ਵੀ ਚੌਥੇ ਦਿਨ ਪੇਸ਼ ਕਰ ਦਾਂਗੇ ਕੋਈ ਗੱਲ ਨਹੀਂ ਹੈਗੀ? ਦੇਖੋ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਐਸਾ ਕੋਈ ਇਜਾਜ਼ਤ ਨਹੀਂ ਦਿੰਦਾ ਜਿਹੜਾ ਲਿਖਿਆ ਹੋਇਆ ਜੀ, ਪਰ ਕਾਨੂੰਨ ਨੂੰ ਇਹ ਅਫਸਰ ਬਣਦੇ ਕਦੋਂ ਨੇ? ਆਹੀ ਗੱਲ ਮੈਂ ਕਰਦਾ ਜਗ ਸਿੰਘ ਜੀ, ਆਹੀ ਸਵਾਲ ਮੈਂ ਦਾਦੂਵਾਲ ਜੀ ਦੇ ਸਾਹਮਣੇ ਵੀ ਰੱਖਿਆ ਸੀਗਾ। ਉਹ ਖੁਦ ਕਹਿੰਦੇ ਹੈਗੇ ਆ ਕਿ ਕਾਨੂੰਨ ਇਹ ਗੱਲ ਸੰਵਿਧਾਨ ਇਹ ਗੱਲ ਨਹੀਂ ਆਗਿਆ ਦਿੰਦਾ ਇਸ ਗੱਲ ਦੀ ਕਿਉਂਕਿ ਸਜ਼ਾ ਕੋਰਟ ਨੇ ਦੇਣੀ ਹੈ। ਜੇ ਸਜ਼ਾ ਹੀ ਅਫਸਰਾਂ ਨੇ ਦੇ ਲੈਣੀ ਆ ਥਾਣਿਆਂ ਵਿੱਚ, ਫਿਰ ਕਚਹਿਰੀਆਂ ਦੇ ਦਰਵਾਜ਼ਿਆਂ ਨੂੰ ਤਾਲੇ ਲਾ ਦਿਓ, ਉਹਨਾਂ ਨੂੰ ਬੂਹੇ ਲਾ ਦਿਓ, ਤਾਲੇ ਲਾ ਦਿਓ, ਪੱਕੇ ਜੱਜਾਂ ਦੀ ਛੁੱਟੀ ਕਰ ਦਿਓ ਕਿ ਤੁਸੀਂ ਜਾਓ ਘਰਾਂ ਨੂੰ ਵੀ ਅਸੀਂ ਸਿੰਘਮ ਹੈਗੇ ਹਾਂ, ਅਸੀਂ ਆਪੇ ਸਜ਼ਾ ਦੇ ਲਵਾਂਗੇ, ਅਤੇ ਬੰਦ ਕਰ ਦਿਓ ਨਾ ਸਾਰਾ ਕੁਛ, ਇੱਕ 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 ਬੰਨੇ ਤਾਂ ਆਓ ਨਾ ਆਪਣੇ, ਰੱਖੋ ਵੀ ਮੈਂ ਸਜ਼ਾ ਦਊਂਗਾ, ਫਿਰ ਤੁਸੀਂ ਦੂਜੇ ਬੰਦੇ ਨੂੰ ਸਜ਼ਾ ਦੇ ਲੈਂਦੇ ਹੈਗੇ। ਏਕਤਾ ਅਤੇ ਅਖੰਡਤਾ ਨੂੰ ਤੋੜਦੇ ਆ ਜਿਹੜੇ, ਮੇਰੇ ਮਨ ਵਿੱਚ ਵੀ ਸਵਾਲ ਆਉਂਦਾ ਹੈਗਾ, ਇੱਕ ਪੱਤਰਕਾਰ ਵੀ ਹੈਗਾ, ਇੱਕ ਇਨਸਾਨ ਵੀ ਹੈ, ਇੱਕ ਸਿੱਖ ਵੀ ਹੈਗਾ ਮੈਂ ਜੰਗ ਸਿੰਘ ਜੀ, ਮੇਰੇ ਮਨ 'ਚ ਵੀ ਸਵਾਲ ਆਉਂਦੇ ਹੈਗੇ ਆ, ਪੱਤਰਕਾਰ ਕੋਲ ਸਵਾਲ ਹੀ ਹੁੰਦੇ ਆ ਵੀ ਜੇ ਤੁਸੀਂ ਜਿਹੜੇ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਦੇ ਯਤਨ ਕਰਦੇ ਆ ਉਹਨਾਂ ਨੂੰ ਤੁਸੀਂ ਘਰਾਂ 'ਚੋਂ ਚੁੱਕ ਕੇ ਥਾਣਿਆਂ ਵਿੱਚ ਲਿਜਾ ਕੇ ਉਹਨਾਂ ਦੇ ਚੱਡੇ ਪਾੜਦੇ ਹੋ, ਉਹਨਾਂ ਦੇ ਉੱਪਰ ਤੁਸੀਂ ਤਸ਼ੱਦਦ ਢਾਉਂਦੇ ਹੋ, ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤਾਂ ਵਿੱਚ ਰੱਖਦੇ ਹੋ, ਜਿਹੜੇ ਲੋਕ ਤੁਹਾਡੇ ਮੁਤਾਬਕ ਦੋਸ਼ੀ ਨੇ, ਤੁਸੀਂ ਜਾਂਚ ਪੂਰੀ ਕਰ ਲਈ ਹੋਈ ਆ, ਜਦੋਂ ਤੁਸੀਂ ਜਾਂਚ ਪੂਰੀ ਕਰ ਲਈ ਹੋਈ ਆ ਫਿਰ ਉਹਨਾਂ ਨੂੰ ਪਾਓ ਤਾਂ ਹੱਥ ਜਾ ਕੇ। ਜੇ ਤੁਹਾਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣੀ ਦੋਸ਼ੀ ਸੀਗੇ, ਤੁਸੀਂ ਜਾਂਦੇ ਤਾਂ ਗੇਟ ਦੇ ਬੂਹੇ ਮੂਹਰੇ ਜਾ ਕੇ ਉਹਨਾਂ ਦੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਾਂਦੇ, ਉੱਥੇ ਤਾਂ ਜਾਂਦੇ ਨਹੀਂ ਹੈਗੇ। ਜਦੋਂ ਅੰਮ੍ਰਿਤਸਰ ਸੀਗੇ SSP ਡਾਕਟਰ ਸਰੀਰ ਵਾਲਾ ਕੇਸ ਕਿਡਨੀ ਕਾਂਡ ਵਾਲਾ ਜਿਹੜਾ ਸੀਗਾ, ਉਦੋਂ ਵੀ ਕਈ ਸੱਜਣ ਦੱਸਦੇ ਕਿ ਉੱਥੇ ਤੱਕ ਰਾਹ ਜਾਂਦਾ ਸੀਗਾ ਉੱਥੇ ਬਾਦਲਾਂ ਦੇ ਬੂਹੇ 'ਤੇ, ਤਦ ਵੀ ਉਹ ਬੂਹਾ ਜਾ ਕੇ ਖੜਕਾਇਆ ਨਹੀਂ। ਮਤਲਬ ਅਦਾਲਤ ਹੁਣ ਅੱਜ ਮੈਂ ਵੇਖ ਰਿਹਾ ਸੀਗਾ ਜੰਗ ਸਿੰਘ ਜੀ ਇੱਕ ਬੜੀ ਭਾਵੁਕ ਜਿਹੀ ਇੰਟਰਵਿਊ ਦੇ ਰਿਹਾ ਸੀ ਕਿਸੇ ਚੈਨਲ ਦੇ ਉੱਪਰ, ਉੱਥੇ ਇਹਨਾਂ ਨੇ ਕਿਹਾ ਆ ਜਿਹੜੀ ਤੁਸੀਂ ਗੱਲਾਂ ਬੋਲ ਕੇ ਹਟਿਆ ਕਿ ਸਰਕਾਰੀ ਵਕੀਲ ਇੱਕ ਇੱਕ ਰਾਤ ਦਾ ਖਰਚਾ ਤਾਜ ਹੋਟਲ ਵਿੱਚ ਰਹਿੰਦੇ ਸੀ ਬੰਬੇ ਜਾ ਕੇ, ਔਰ ਉਹ ਕਹਿੰਦੇ ਕਿ ਮੈਂ ਸਰਕਾਰੀ ਵਕੀਲਾਂ ਦੇ ਦਫ਼ਤਰਾਂ ਦੇ ਬੂਹਿਆਂ ਮੂਹਰੇ ਇੱਦਾਂ ਖੜਾ ਹੁੰਦਾ ਸੀਗਾ ਜਿੱਦਾਂ ਚਪੜਾਸੀ ਖੜਾ ਹੋਵੇ। ਮਤਲਬ ਹੁਣ ਜਦੋਂ ਆਪਣੇ ਨਾਲ ਹੁੰਦੀ ਆ ਤਾਂ ਫਿਰ ਕਹਿੰਦੇ ਕਿ ਮੈਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ। ਹੁਣ ਤੁਸੀਂ ਕਹਿੰਦੇ ਕਿ ਹਾਈ ਕੋਰਟ 'ਤੇ ਕੋਈ ਹਾਈ ਕੋਰਟ ਰੱਦ ਕਰ ਰਹੀ ਆ, ਮਤਲਬ ਹਾਈ ਕੋਰਟ ਅਦਾਲਤਾਂ ਦਾ ਤਾਂ ਤੁਸੀਂ ਆਪ ਹੀ ਨਹੀਂ ਸੀ ਉਹਨਾਂ ਦੇ ਉੱਤੇ ਪਹਿਰਾ ਦਿੰਦੇ? ਨਹੀਂ ਨਹੀਂ, ਫਿਰ ਉਦੋਂ ਇਹਦੀ ਇਹ IPS ਅਫਸਰ ਸੀ, ਪੰਜਾਬ ਸਰਕਾਰ ਦਾ ਅਫਸਰ ਸੀ, ਉਦੋਂ ਇਹਦਾ ਜੋ ਹੁਣ ਬਿਆਨ ਹੈ ਉਦੋਂ ਇਹਨਾਂ ਨੂੰ ਕੌਣ ਰੋਕਦਾ ਸੀ? ਇਹ ਉਦੋਂ ਕਹਿੰਦਾ ਅਖਬਾਰਾਂ 'ਚ ਬਿਆਨ ਦੇ ਕੇ ਵੀ ਦੇਖੋ ਇਹ ਭਾਰਤੀ ਅਦਾਲਤਾਂ ਜਿਹੜੀਆਂ ਕਾਨੂੰਨ ਇਨਸਾਫ਼ ਨਹੀਂ ਕਰਦੀਆਂ ਜੀ, ਇਹ ਕਹੇ ਨਾ ਅਤੇ ਕਹੇ ਨਾ ਜਿੰਨੇ ਇਹਨੇ ਕੇਸਾਂ 'ਚ ਅੰਦਰ ਬੰਦ ਕੀਤੇ ਨੇ, ਜਿਹੜੇ ਬੇਦੋਸ਼ੇ ਬੰਦ ਸ਼ਿੱਦਤ ਕੀਤੇ ਨੇ ਉਹਦੇ ਬਾਰੇ ਬੋਲੇ ਵੀ ਭਾਰਤੀ ਅਦਾਲਤਾਂ ਨੇ ਜੀ ਉਹਨਾਂ ਨੂੰ ਬੇਵਜ੍ਹਾ ਸਜ਼ਾ ਕੀਤੀ ਹੈ, ਮੈਂ ਝੂਠੇ ਕੇਸ ਬਣਾ ਕੇ ਦਿੱਤੇ ਉਹ ਮੰਨ ਗਏ ਜੀ ਬਿਲਕੁਲ। ਫਿਰ ਜੇ ਝੂਠੇ ਕੇਸ ਇਹਦੇ ਕਿਸੇ 'ਤੇ ਸਜ਼ਾ ਹੋ ਗਈ ਹੈ ਤੇ ਫਿਰ ਉਹ ਝੂਠੇ ਕੇਸ ਇਹਦੀ ਕਿਉਂ ਨਾ ਪ੍ਰਵਾਨ ਹੋਇਆ ਹੁਣ ਜੀ?
ਇਹ ਗੱਲਾਂ ਦੁਗਲੀਆਂ ਨਹੀਂ ਚੱਲਦੀਆਂ। ਇਹ ਸਿਆਸਤ ਕਰ ਰਿਹਾ, ਜਿੰਨੀ ਵੀ ਸਿਆਸਤ ਕਰ ਰਿਹਾ ਇਹ ਕੱਟੜਪੰਥੀ ਬੰਦਾ। ਇਹਨੇ ਸ਼ਰਿਆਮ ਕਿਹਾ ਕਿਸੇ ਸਾਡੇ ਸੱਜਣਾ ਕੋਲ, ਔਰ ਥੋੜੇ ਦਿਨਾਂ ਚੋਂ ਗੱਲ ਬਾਹਰ ਆ ਜਾਊਗੀ ਬਾਈ, ਮੈਂ ਫੋਟੋ ਸਮੇਤ ਤੋਂ ਗੱਲ ਕਰੂੰਗਾ ਬੰਦੇ ਉਹਨਾਂ ਦੇ ਨਾਲ। ਪਰਸੋਂ ਚੌਥੀ ਜੇ ਗੱਲ ਹੋਈ ਆ, ਇਹ ਸਾਹਮਣੇ ਕਿਹਾ ਇਹਨੇ, ਜਦੋਂ ਉਹਨਾਂ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਜੀ ਤੁਸੀਂ ਹੁਣ ਸਰਬਜੀਤ ਤੁਹਾਡਾ ਬੜਾ ਕੰਮ ਵਧੀਆ, ਵੀ ਸਾਡੇ ਸਿੱਖਾਂ ਨਾਲ ਤਾਂ ਬਹੁਤ ਧੱਕਾ ਆਉਂਦਾ। ਇਹਨੇ ਉਹਦਾ ਪ੍ਰਤੱਖ ਦੇ ਕੇ ਕਿਹਾ, ਉੱਥੇ ਹੀ ਘਰੇ ਦੇ, ਇਹਦੇ ਘਰ ਦੀ ਗੱਲ ਹੈ। ਕਹਿੰਦਾ ਸਿੱਖਾਂ ਨਾਲ ਇਸ ਮੁਲਕ 'ਚ ਕੋਈ ਧੱਕਾ ਨਹੀਂ ਹੋਇਆ ਅੱਜ ਤੱਕ। ਸਿੱਖ ਅਲੱਗ, ਕਹਿੰਦੇ ਜੀ ਸਿੱਖਾਂ ਨਾਲ ਤਾਂ ਹੁੰਦਾ ਸੀ ਅਲੱਗ, ਕਹਿੰਦੇ ਸਿੱਖ ਹਿੰਦੂ ਕੌਮ ਤੋਂ, ਹਿੰਦੂ ਕੌਮ ਦਾ ਹੀ ਹਿੱਸਾ ਨੇ ਅਤੇ ਇਹ ਹਿੰਦੂਆਂ ਦਾ ਹੀ ਇੱਕ ਹਿੱਸਾ ਨੇ। ਇਹ ਜਿਹੜੇ ਸਾਡੇ ਵੀਰ ਫਿਰਦੇ ਨੇ ਇੰਨਾ ਕੀ ਕਹਾ ਦੇਣ ਇਹਦੇ ਤੋਂ ਵੀ, ਚਲੋ ਜੀ ਹੁਣ ਤੁਸੀਂ ਬਹੁਤ ਸਾਡੇ ਪੰਥਕ ਬਣ ਗਏ, ਚੇਤੇ ਬਣ ਗਏ, ਇੰਨਾ ਕੁ ਬਿਆਨ ਦਿਓ ਵੀ ਇਹ ਕਹਿ ਦਿਓ ਬਈ ਸਿੱਖਾਂ ਜਿਹੜੇ ਉਹ ਅਲੱਗ ਕੌਮ, ਹਿੰਦੂ ਕੌਮ ਦਾ ਹਿੱਸਾ ਨਹੀਂ ਹੈ। ਅੱਜ ਸੱਚ ਸਾਹਮਣੇ ਇਹ ਬੰਦਾ ਬਹੁਤ ਕੱਟੜਵਾਦੀ ਆ, ਬਹੁਤ ਚਾਲ ਜੀ, ਚਾਲਬਾਜ਼ ਬੰਦਾ ਜੀ। ਅਸੀਂ ਇਸ ਕਰਕੇ ਵਿਰੋਧ ਨਹੀਂ ਕਰਦੇ ਵੀ ਆਹ ਦੋ ਤੋਲੇ ਦਾ ਜਾਂ ਡੇਢ ਅੱਧੇ ਤੋਲੇ ਦਾ ਜੀ ਇਹ ਸੋਨੇ ਕਰਕੇ ਨਾ, ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ। ਅੱਜ ਇਹਨੂੰ ਕੀਤਾ, ਕੱਲ੍ਹ ਨੂੰ ਕੋਈ ਹੋਰ ਉੱਠ ਕੇ ਕਹਿ ਦੂਗਾ ਉਹ ਜਿਹੜਾ ਮੇਨ ਗੋਲੀ ਮਾਰਨ ਵਾਲਾ ਪ੍ਰਦੀਪ SHO, ਉਹਨੂੰ ਤਾਂ ਇਹਨੇ ਸਰਕਾਰੀ ਗਵਾਹ ਬਣਾ ਲਿਆ ਜੀ, ਇਹਨੇ ਉਹਨੂੰ ਸਰਕਾਰੀ ਗਵਾਹ ਬਣਾਇਆ ਤੇ ਉਹ ਕੱਲ ਨੂੰ ਉਹ ਵੀ ਬਾਹਰ ਆ ਜਾਊਗਾ, ਕਹੂਗਾ ਮੈਂ ਤਾਂ ਕੌਮ ਦੇ ਹੱਕ ਸਰਕਾਰੀ ਗਵਾਹ ਹੈ, ਤੇ ਫਿਰ ਉਹਨੂੰ ਵੀ ਮੈਡਲ ਲੈ ਲਿਓ। ਫਿਰ ਉਹਨੇ ਗੋਲੀਆਂ ਮਾਰੀਆਂ ਨੇ ਜੀ, ਹਾਂਜੀ ਇਹ ਕਿੱਥੇ ਤੱਕ ਖੜੂ ਕੰਮ ਜਾ ਕੇ? ਕਿਉਂ ਅਸੀਂ ਮੂਰਖ ਬਣਾਉਂਦੇ ਹਾਂ ਸਿੱਖ ਸੰਗਤ ਨੂੰ ਜੇ ਉਹ ਨਹੀਂ ਤੁਹਾਨੂੰ ਤੁਹਾਡੇ ਜਾਣ ਦੀ ਜਾਂ ਨਹੀਂ ਵਿਚਾਰੇ ਭੋਲੇ ਨੇ ਸਾਰੇ, ਤਾਂ ਕਿਉਂ ਉਹਨਾਂ ਨੂੰ ਮੂਰਖ ਬਣਾਉਂਦੇ ਹਾਂ? ਅਸੀਂ ਕੌਮ ਦੇ ਕਾਤਲਾਂ ਨੂੰ ਹਾਰ ਪਾਈ ਜਾਂਦੇ ਹਾਂ ਤੇ ਇਹ ਰਾਹ ਕਿਹਦੇ ਲਈ ਖੋਲਦੇ ਹਾਂ ਜੀ?